ਯਾਨੀ ਕਿ ਉਹ ਕਈ ਹੈਕ ਕਰ ਗਿਆ ਹੈ। ਉਹ ਹੈਕ ਕਰਨ ਤੋਂ ਬਾਅਦ ਉਹ ਚੈਨਲ ਜਿਹੜਾ ਹੈ ਹੁਣ। ਅਸਲਾਮੁ ਅਲੈਕੁਮ ਰਹਿਮਤੁਲਲਾਹਿ ਵਬਰਕਾਤੁਹ, ਕੈਸੇ ਹੈਂ ਆਪ ਸਭ ਦੋਸਤ? ਠੀਕ ਹੈ ਜਨਾਬ। ਬਾਤ ਜੋ ਹੈ ਨਾ, ਮੈਂ ਆਪਕੋ ਇੱਕ ਬੈਡ ਨਿਊਜ਼ ਦੇਨੇ ਵਾਲਾ ਹੂੰ, ਕਿਉਂਕਿ ਯਾਰ ਮੇਰੇ ਦੋਸਤ ਕੇ ਸਾਥ ਬਹੁਤ ਬੁਰਾ ਹੋਇਆ ਹੈ। ਉਸਕਾ ਚੈਨਲ ਥਾ ਛੋਟਾ ਸਾ, ਅਭੀ ਮੋਨੇਟਾਈਜ਼ ਕੇ ਕਰੀਬ ਥਾ, ਅਪਲਾਈ ਵੀ ਕਰ ਚੁੱਕੇ ਥੇ ਬੇਚਾਰੇ, ਔਰ ਉਨਕਾ ਚੈਨਲ ਜੋ ਹੈ ਨਾ ਮਸਲਾ ਬਣ ਗਿਆ ਉਨਕੇ ਚੈਨਲ ਕਾ, ਔਰ ਵੋ ਉਨ੍ਹੀਂ ਕੀ ਜ਼ਬਾਨੀ ਸੁਣਤੇ ਹੈ, ਔਰ ਵਹੀ ਆਪਕੋ ਬਤਾਏਂਗੇ ਕਿ ਇਸ ਬਚਨੇ ਕੇ ਲਈ ਆਪਕੋ ਕਿਆ ਕਰਨਾ ਚਾਹੀਏ। ਵੋ ਬਕਾਇਆ ਵੀਡੀਓ ਦੇਖੋ, ਔਰ ਹਮ ਆਪਸੇ ਮਿਲੇਂਗੇ ਕਿਸੀ ਅਗਲੀ ਵੀਡੀਓ ਮੇਂ। ਖੁਦਾ ਹਾਫਿਜ਼। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਉਮੀਦ ਕਰੇ ਨਾ ਕਿ ਸਾਰੇ ਤੁਹਾਡੇ ਸੰਗਤੀ ਸਾਥੀ ਵੀ ਠੀਕ ਹੋ ਸਨ ਅਤੇ ਤੁਸੀਂ ਵੀ ਠੀਕ ਹੋ ਸੋ। ਸਭ ਤੋਂ ਪਹਿਲੇ ਤਾਂ ਮੈਂ ਸ਼ਾਇਦ ਬਾਈ ਤੁਹਾਨੂੰ ਢੇਰ ਢੇਰ ਮੁਬਾਰਕਬਾਦ ਦੇਣਾ ਕਿ ਤੁਸੀਂ ਕਾਫ਼ੀ ਕਮ ਅਰਸੇ ਦੇ ਵਿੱਚ ਆਪਣਾ ਚੈਨਲ ਜਿਹੜਾ ਹੈ ਗਰੋ ਕਰ ਗਏ ਹੋ, ਔਰ ਮਾਸ਼ਾਅੱਲਾ ਮੋਨੇਟਾਈਜ਼ ਵੀ ਠੀਕ ਹੈ ਤੁਹਾਡਾ ਚੈਨਲ। ਤੁਹਾਨੂੰ ਤਾਂ ਇੱਕ ਢੇਰ ਢੇਰ ਮੁਬਾਰਕ ਹੋਵੇ, ਅਤੇ ਬਾਕੀ ਤੁਹਾਡੇ ਦਾਮਨ ਨਾਲ ਸਾਰਾ ਚੈਨਲ ਜਿਹੜਾ ਹੈ ਉਹ ਵੀ ਮਾਸ਼ਾਅੱਲਾ ਮਾਸ਼ਾਅੱਲਾ ਮੋਨੇਟਾਈਜ਼ੇਸ਼ਨ ਦੇ ਕਰੀਬ ਹੈ। ਲੇਕਿਨ ਕੋਈ ਐਸਾ ਸਾਰੇ ਕੋਲ ਮਿਸਟੇਕ ਥਈ ਹੈ ਕਿ ਸਾਰਾ ਚੈਨਲ ਜਿਹੜਾ ਹੈ ਉਹ ਲੋਕਾਂ ਦੀ ਐਕਸੈਸ ਤੱਕ ਚਲਾ ਗਿਆ, ਯਾਨੀ ਕਿ ਉਹ اگر آپ کو کوئی بھی مسئلہ بیماری وغیرہ ہے تو بڑے حکیم سے رابطہ کریں، جو پاکستان کے مشہور معروف حکیم ہیں، وہ یوٹیوب چینل پر بھی اپنے مشورے دیتے ہیں، جا کے چیک کریں، لنک ان دا ڈسکرپشن۔ یعنی کہ وہ کہیں ہیک کر گیا ہے، وہ ہیک کرنے تو بعد وہ چینل جڑا ہے ہن موجودہ صورتحال وچ ٹرمینیٹ تھی چکے۔ آزاد خیال دے نام تو ہے میرا چینل۔ شاید بھائی نیکسٹ جڑا ہے میں چینل اپنا آزاد خیال دے نام تو ایک چینل جڑا ہے کریٹ کیتا ہے۔ ਮੈਂ ਉਮੀਦ ਕਰੇ ਨਾ ਕਿ ਤੁਸੀਂ ਪਹਿਲੇ ਵੀ ਸਾਰਾ ਕਾਫ਼ੀ ਦਾਮਨ ਕੀਤਾ ਜੀ, ਸਾਡੇ ਨਾਲ ਕਾਫ਼ੀ ਚੀਜ਼ਾਂ ਤੁਹਾਨੂੰ ਤੁਸੀਂ ਸਭ ਦੱਸਿਆ ਹਨ ਅਤੇ ਅਸਾਂ ਮਿਲ ਜੁਲ ਕੇ ਚੱਲਦੇ ਰਹਿ ਗਏ ਸੀ। ਇਨਸ਼ਾਅੱਲਾ ਹੁਣ ਵੀ ਮੈਂ ਉਮੀਦ ਕਰੇ ਨਾ ਕਿ ਤੁਸੀਂ ਸਾਡੇ ਨਾਲ ਦਾਮਨ ਕਰੇ ਸੋ, ਸਾਰਾ ਚੈਨਲ ਜਿਹੜਾ ਹੈ ਆਜ਼ਾਦ ਖਿਆਲ ਦੇ ਨਾਮ ਤੋਂ ਤੁਸੀਂ ਉਹ ਜਿਹੜਾ ਗਰੋਥ ਰਹੇ ਸੋ। ਅਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜਿੰਨੇ ਵੀ ਦੋਸਤ ਯੂਟਿਊਬ ਚੈਨਲ ਹੈ ਜਿਨ੍ਹਾਂ ਦਾ, ਤਾਂ ਉਹਨਾਂ ਕੋਲ ਇਹੋ ਚਾਹੀਦਾ ਹੈ ਕਿ ਉਹ ਡਬਲ ਸਟੈਪ ਸਿਕਿਉਰਿਟੀ ਜਿਹੜੀ ਉਹ ਲਾਜ਼ਮੀ ਕਰਕੇ ਰੱਖਣ। ਜਿਸ ਟਾਈਮ ਵੀ ਉਹ ਚੈਨਲ ਲਾਗਇਨ ਕਰਨ ਤਾਂ ਉਹ ਚੈਨਲ ਦੇ ਵਿੱਚ ਨਾ ਜਿਸ ਟਾਈਮ ਵੀ ਉਹ ਚੈਨਲ ਲਾਗਇਨ ਕਰਨ ਤਾਂ ਉਹ ਉਹਨਾਂ ਦੇ ਨੰਬਰ ਦੇ ਉੱਤੇ ਮੈਸੇਜ ਆਵੇ ਸੀ, ਤਾਂ ਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿੱਥੋਂ ਉਹਨਾਂ ਦਾ ਚੈਨਲ ਲਾਗਇਨ ਥੀਂਦਾ ਪਿਆ, ਅਗਰ ਉਹਨਾਂ ਦੇ ਸਾਹਮਣੇ ਤਾਂ ਉਹ ਵੱਲ ਜੋ ਪਾਸਵਰਡ ਦੇ ਰਹੇ ਸਨ। ਤਾਂ ਇਹ ਵਜ੍ਹਾ ਤੋਂ ਮੈਂ ਸ਼ਾਇਦ ਉਹ ਕੋਈ ਨਹੀਂ ਲਾਇਆ ਹੋਇਆ, ਅਤੇ ਹੁਣ ਪਹਿਲਾ ਕੰਮ ਮੈਂ ਇਹੋ ਕੀਤਾ ਕਿ ਉਹ ਡਬਲ ਸਟੈਪ ਸਿਕਿਉਰਿਟੀ ਲਾਈਏ ਯੂਟਿਊਬ ਚੈਨਲ ਨੂੰ। ਅਤੇ ਬਾਕੀ ਉਮੀਦ ਕਰੇ ਨਾ ਕਿ ਜਿਤਨੇ ਵੀ ਆਪਣੇ ਯੂਟਿਊਬਰ ਕਮਿਊਨਿਟੀ ਹੈ, ਜਿਤਨੇ ਵੀ ਦੋਸਤ ਨਵੇਂ ਇਨਸਾਰੀ ਘਰ ਜਿਹੜੇ ਉਹ ਚੈਨਲ ਬਣੇ ਪੈਣ, ਤਾਂ ਉਹਨਾਂ ਨੂੰ ਲਾਜ਼ਮੀ ਲਾਜ਼ਮੀ ਚਾਹੀਦਾ, ਕਿਉਂਕਿ ਹੁਣ ਮੇਰੇ 3000 ਸਬਸਕ੍ਰਾਈਬਰ ਥੇ ਵਧੇ ਹਨ, ਵਾਚ ਟਾਈਮ ਵੀ 5000 ਘੰਟੇ ਥੀ ਗਿਆ, ਔਰ ਮੋਨੇਟਾਈਜੇਸ਼ਨ ਕਿਤੇ ਅਪਲਾਈ ਕੀਤਾ ਹੋਇਆ, ਉਹ ਵੀ ਰਿਸਪੋਂਸ ਆਉਣ ਵਾਲਾ ਹੈ। ਲੇਕਿਨ ਯਕਦਮ ਇਹ ਜਿਹੜਾ ਹੈ ਨਾ ਹੈਕ ਥੀ ਗਿਆ, ਤਾਂ ਮੇਰੇ ਨਾਲ ਯਾਨੀ ਕਿ ਕਾਫ਼ੀ ਸਦਮੇ 'ਚ ਰਹੀਆਂ ਮੈਂ, ਅਤੇ ਇਹ ਚੀਜ਼ ਨੂੰ ਅਤੇ ਕਾਫ਼ੀ ਦੁੱਖ ਥੀਂਦਾ। ਮੈਂ ਸਮਝਦਾ ਕਿ ਸ਼ੁਰੂ ਸ਼ੁਰੂ ਇਹ ਚੈਨਲ ਨੂੰ ਰਨ ਕਰਨਾ ਬਹੁਤ ਮੁਸ਼ਕਿਲ ਹੁੰਦਾ, ਜਿਹੜੇ ਉਸ ਚੈਨਲ ਇੱਕ ਰੂਟੀਨ 'ਚ ਆਵੇ ਤਾਂ ਵੱਲ ਚਲਾਉਣਾ ਜਿਹੜਾ ਉਹ ਈਜ਼ੀ ਹੁੰਦਾ। ਅਤੇ ਮੈਂ ਉਮੀਦ ਕਰਿਆ ਤੁਸੀਂ ਸਾਰੇ ਦੋਸਤ ਜਿਹੜਾ ਮੇਰਾ ਚੈਨਲ ਆਜ਼ਾਦ ਖਿਆਲ ਦੇ ਨਾਂ ਤੋਂ ਜਿਹੜਾ ਮੈਂ ਹੁਣ ਦੂਜਾ ਕ੍ਰੀਏਟ ਕੀਤਾ, ਉਹਦੇ ਸਾਰੇ ਨਾਲ ਤਾਮਨ ਕਰੇ ਸੋ। ਸਾਰੇ ਦੋਸਤਾਂ ਕੋਲ ਮੈਂ ਦਾਵਤ ਰਹਿਣਾ ਕਿ ਉਹ ਸਾਰਾ ਚੈਨਲ ਜਿਹੜਾ ਵਿਜ਼ਿਟ ਕਰਨ, ਅਤੇ ਇਨਸ਼ਾਅੱਲਾ ਅਗਰ ਜਿਹਨਾਂ ਕੋਲ ਅੱਛਾ ਲੱਗੇ ਉਹ ਸਬਸਕ੍ਰਾਈਬ ਵੀ ਜ਼ਰੂਰ ਕਰਨ। ਤੁਹਾਡੇ ਸਾਰੇ ਦੋਸਤਾਂ ਕੋਲੋਂ ਜੀ ਇਹ ਤਾਮਨ ਦੀ ਅਪੀਲ ਕੀਤੀ ਹੋਈ ਹੈ, ਅਤੇ ਜਨਾਬ ਆਪਣਾ ਢੇਰ ਸਾਰਾ ਖਿਆਲ ਰੱਖਾ ਹੈ। ਓਕੇ ਜੀ, ਅੱਲਾ ਹਾਫਿਜ਼। इलाज कल्बी प्लस कहर लहसुन अदरक नींबू जूस और सिरका सेहत की खुशियात के साथ कल्बी खून में कोलेस्ट्रॉल को कम करता है। कल्बी प्लस खून में लोथड़े बनने से रोकता है। कल्बी प्लस दिल के दौरे से महफूज रखता है। कल्बी के इस्तेमाल से बाईपास की जरूरत नहीं रहती। कल्बी के मुसलसल इस्तेमाल से दिल की बंद सरियाने खुल जाती है। कल्बी जोड़ों के दर्द और दाहिनी कमर के लिए इंतहाई मुफीद है। कल्बी जिस्म को खूबसूरत और स्मार्ट बनाता है। कल्बी दिल दिमाग और जिगर को ताकत देता है। कल्बी हाजमे को ठीक करता है। मंगवाने के लिए दिए गए नंबर पर रब्ता